ਤਸਵੀਰਾਂ ਫਰੀਦਕੋਟ ਦੀਆਂ ਹਨ ਜਿੱਥੇ ਕਿ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਫਰੀਦਕੋਟ ਪੁਲਿਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਅੱਜ ਨਸ਼ੇ ਨੂੰ ਡਿਸਪੋਜ ਕੀਤਾ ਗਿਆ ਹੈ, ਯਾਨੀ ਕਿ ਨਸ਼ਟ ਕੀਤਾ ਗਿਆ ਹੈ। SSP ਹਰਜੀਤ ਸਿੰਘ ਦੀ ਅਗਵਾਈ ਵਿੱਚ ਫਰੀਦਕੋਟ ਦੇ ਪਿੰਡ ਸੋਢਾਵਾਲਾ ਦੀ ਇੱਕ ਫੈਕਟਰੀ ਦੇ ਅੰਦਰ ਵੱਖ ਵੱਖ ਮਾਮਲਿਆਂ ਦੇ ਵਿੱਚ ਫੜਿਆ ਗਿਆ ਨਸ਼ਾ ਅੱਜ ਇੱਥੇ ਨਸ਼ਟ ਕੀਤਾ ਗਿਆ। ਇਸ ਮੌਕੇ SSP ਹਰਜੀਤ ਸਿੰਘ ਨੇ ਕਿਹਾ ਕਿ ਅੱਜ ਕਰੀਬ 10 ਮਾਮਲਿਆਂ 'ਚ ਬਰਾਮਦ ਕੀਤਾ ਗਿਆ ਨਸ਼ਾ, ਜਿਸ ਵਿੱਚ ਕਰੀਬ 1 ਕਿਲੋ ਹੈਰੋਇਨ, 500 ਗ੍ਰਾਮ ਗਾਂਜਾ ਅਤੇ ਹੋਰ ਨਸ਼ੀਲਾ ਸਮਾਨ ਅੱਜ ਪਿੰਡ ਸੋਢਾਵਾਲਾ ਦੀ ਇੱਕ ਫੈਕਟਰੀ 'ਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਨਸ਼ਟ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ 7 ਜੂਨ ਨੂੰ ਕਰੀਬ 24 ਮਾਮਲਿਆਂ ਵਿੱਚ 4 ਕੁਇੰਟਲ ਭੁੱਕੀ, 700 ਗ੍ਰਾਮ ਹੈਰੋਇਨ ਅਤੇ 2300 ਦੇ ਕਰੀਬ ਨਸ਼ੀਲੀਆਂ ਗੋਲੀਆਂ ਨੂੰ ਨਸ਼ਟ ਕਰਵਾਇਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਭਰ ਦੇ ਵਿੱਚ ਪੁਲਿਸ ਦੇ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਨਸ਼ੇ ਨੂੰ ਡਿਸਪੋਜ਼ ਕੀਤਾ ਜਾ ਰਿਹਾ ਹੈ। ਸਾਡੇ ਵੱਲੋਂ ਅੱਜ ਜਿਹੜਾ ਹੈਗਾ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਦੇ ਵਿੱਚ ਪਿੰਡ ਸੇਧਾਂਵਾਲਾ ਵਿਖੇ ਜਿਹੜੀ ਪਰਾਲੀ ਫੈਕਟਰੀ ਹੈ ਉੱਥੇ 18 ਮੁਕੱਦਮੇ NDPS ਐਕਟ ਦੇ ਉਹਨਾਂ ਦਾ ਜਿਹੜਾ ਮਾਲ ਮੁਕੱਦਮਾ ਹੈਗਾ ਉਹ ਡਿਸਟਰੋਏ ਕੀਤਾ ਗਿਆ ਔਰ ਇਹ ਜਿਹੜਾ ਡਿਸਪੋਜ਼ਲ ਹੈਗਾ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜੋ ਇੱਕ ਫਿਕਸ ਪ੍ਰੋਸੀਜਰ ਹੈ ਜਿਹਦੇ 'ਚ ਕਿ ਅਸੀਂ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਦੇ ਹਾਂ ਉਹਦੇ ਤਹਿਤ ਇਹ ਡਿਸਟਰੋਏ ਕੀਤਾ ਗਿਆ। ਇਹਦੇ 'ਚ ਅੱਜ ਕੁੱਲ 1 ਕਿਲੋ ਦੇ ਕਰੀਬ ਹੀਰੋਇਨ ਜਿਹੜੀ ਹੈਗੀ ਉਹ ਡਿਸਟਰੋਏ ਕੀਤੀ ਹੈ ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ 525 ਗ੍ਰਾਮ ਦੇ ਕਰੀਬ ਗਾਂਜਾ ਜਿਹੜਾ ਹੈਗਾ ਮਟੀਰੀਅਲ ਉਹ ਡਿਸਟਰੋਏ ਕੀਤਾ। ਪਹਿਲਾਂ ਵੀ ਸਾਡੇ ਵੱਲੋਂ 7 ਤਰੀਕ ਨੂੰ ਜੂਨ ਦੇ ਮਹੀਨੇ ਦੇ ਵਿੱਚ ਹੀ ਲਗਭਗ 24 ਮੁਕੱਦਮਿਆਂ ਦੇ ਵਿੱਚ ਜਿਹੜਾ ਹੈਗਾ ਜੁਡੀਸ਼ੀਅਲ ਮੈਜਿਸਟਰੇਟ ਤੋਂ ਆਰਡਰ ਲੈਣ ਤੋਂ ਬਾਅਦ ਉਹਨਾਂ ਦਾ ਜਿਹੜਾ ਮਾਲ ਮੁਕੱਦਮਾ ਨਸ਼ਟ ਕੀਤਾ ਗਿਆ ਸੀ ਜਿਹਦੇ ਵਿੱਚ 4 ਕੁਇੰਟਲ ਜਿਹੜਾ ਭੁੱਕੀ ਅਤੇ ਲਗਭਗ ਉਹਦੇ ਵਿੱਚ 700 ਗ੍ਰਾਮ ਹੀਰੋਇਨ ਅਤੇ 2300 ਜਿਹੜੀਆਂ ਟਰਾਮਾਡੋਲ ਦੀਆਂ ਗੋਲੀਆਂ ਜਿਹੜੀਆਂ ਸਾਡੇ ਵੱਲੋਂ ਨਸ਼ਟ ਕੀਤੀਆਂ ਗਈਆਂ। ਸਰ, ਨਸ਼ਿਆਂ ਦੇ ਵਿਰੁੱਧ ਵਿੱਚ ਲਗਾਤਾਰ ਜ਼ਿਲ੍ਹਾ ਪੁਲਿਸ ਵੱਲੋਂ ਆਪਰੇਸ਼ਨ ਵੀ ਚਲਾਏ ਜਾ ਰਹੇ ਆ, ਹੁਣ ਕਿਸ ਤਰ੍ਹਾਂ ਦਾ ਸ਼ਿਕੰਜਾ ਜਿਹੜਾ ਕੀਤਾ ਜਾ ਰਿਹਾ ਨਸ਼ਾ ਵਿੱਚ? ਇਹਦੇ 'ਚ ਇੱਕ ਤਾਂ ਲੋਕਾਂ ਨੇ ਜਿਹੜਾ ਹੈਗਾ ਸਾਡੇ ਇਸ ਮੁਹਿੰਮ ਦੀ ਜਿਹੜੀ ਹੈਗੀ ਇੱਕ ਤਰੀਕੇ ਨਾਲ ਵੈਲਕਮ ਕੀਤਾ ਅਤੇ ਉਹ ਸਾਡਾ ਸਾਥ ਵੀ ਦੇ ਰਹੇ ਨੇ। ਸਾਡੇ ਵੱਲੋਂ ਕੁਛ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾ ਸ਼ਿਕਾਇਤ ਆ ਰਹੀ ਹੈ ਨਸ਼ੇ ਵੇਚਣ ਦੀ, ਉੱਥੇ ਵੀ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਕੁਝ ਜਿਹੜੇ ਮੁਹੱਲੇ ਨੇ ਸ਼ਹਿਰਾਂ ਦੇ ਵਿੱਚ ਫਰੀਦਕੋਟ ਸ਼ਹਿਰ, ਕੋਟਕਪੂਰਾ, ਜੈਤੋ, ਬਾਜਾਖਾਨਾ, ਇੱਥੇ ਸਾਡੇ ਵੱਲੋਂ ਰੈਗੂਲਰਲੀ ਜਿਹੜਾ ਹੈਗਾ ਵੱਖ ਵੱਖ ਸਮੇਂ 'ਤੇ ਜਿਹੜਾ ਹੈਗਾ ਰੇਡਸ ਕੀਤੀਆਂ ਜਾ ਰਹੀਆਂ ਅਤੇ ਲਗਭਗ ਰੋਜ਼ਾਨਾ ਜਿਹੜਾ ਹੈਗਾ ਸਾਡੇ ਵੱਲੋਂ ਜ਼ਿਲ੍ਹਾ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।